हाँ जी दोस्तों, सारे वीरां नूं प्यार भरी सत श्री अकाल। जिन्हें भी वीर अपने नाल अपना फेसबुक परिवार आ ते सारयां नूं सत श्री अकाल। ते दोस्तों, अज ना मैं लंघिया जांदा सीगा पिंड भठला तों धरौले नूं, तां उत्थे जदों मैं लंघिया तां मेरी निगाह दे विच आह पै गया, कागज़ पाया होया ते नाल ही बाई फिरदा सीगा। ते मैं सोचिया वी बाई तों जानकारी लईए, ते आ जाओ आप बाई नाल गलबात करदे हांगे। बाई सत श्री अकाल। सत श्री अकाल वीरे। की नाम है बाई अपना? गुरमेल आ वीरे। गुरमेल सिंह आ, पिंड भठला। ठीक है। तो बई आह जी तुम सब्जी लाई आ जा इधरले पासी आ जा, तो की कुछ लाया बई? ये इस वीरे सारी आइटम आ गई, तोरी कद्दू चप्पन कद्दू, ठीक है, करेला, ठीक है, तो अपनी मिर्च शिमला मिर्च जी आप कहते भी गेती है चीज़ा है सारी आ गई। ठीक है। तो यह बई ਕਿੰਨੇ ਸਾਲ ਹੋ ਗਏ ਲਾਉਂਦਿਆਂ ਨੂੰ? ਕਿਉਂ ਨਹੀਂ ਦੇਣਾ ਆਪਣੇ ਕਿਸਾਨਾਂ ਦੇ ਵਿੱਚ ਕੀ ਹੁੰਦਾ? ਅਗਲਾ ਕਹਿੰਦਾ ਯਾਰ ਕਣਕ ਲਾਓ ਬਾਹਰ ਜ਼ਰੂਰੀ, ਵਿਹਲਾ ਛੱਡਦਾ ਵੀ ਆਹ ਫਸਲ ਦਾ ਕੀ ਆ ਇਹ ਸੱਟਾ, ਹੈ ਨਾ, ਹੋ ਗਈ ਤਾਂ ਠੀਕ ਆ, ਨਹੀਂ ਹੋਈ ਤਾਂ ਨਾ ਸਹੀ। ਅਤੇ ਤੁਹਾਡੇ ਮਨ 'ਚ ਇਹ ਜਿਵੇਂ ਆਪਾਂ ਕਹਿੰਦੇ ਚਿਣਗ ਕਿੱਥੋਂ ਲੱਗੀ ਬਾਈ? ਇਹ ਵੀਰੇ ਆਪਣੇ ਇੱਥੇ ਬੇਦ ਆ ਦੇਖ। ਅੱਛਾ। ਅਤੇ ਉਹ ਤੋਂ ਹੀ ਲੱਗੀ ਆ ਸਾਨੂੰ। ਅੱਛਾ। ਅਤੇ ਇੱਥੇ ਵੀਰੇ ਨੂੰ ਆਪ ਹੀ ਵੇਚਦੇ ਹੋ? ਹਾਂ ਵੀਰੇ, ਆਪ ਹੀ। ਇੱਥੇ ਮਤਲਬ ਵੀ ਇਹਨਾਂ ਦੇ ਕੋਲ ਦੀ ਮਿੱਤਰੋਂ ਸੜਕ ਜਾਂਦੀ ਹੈਗੀ, ਅਤੇ ਤੁਸੀਂ ਦੇਖ ਸਕਦੇ ਹੋ ਵੀਰ ਲੰਘਿਆ ਜਾਂਦਾ ਹੈਗਾ ਅਤੇ ਰਾਹ ਚੱਲਦਾ ਇਹ ਭਠਲਾ ਤੋਂ ਧਰੌਲੇ ਨੂੰ। ਅਤੇ ਇੱਥੇ ਫਿਰ ਬਈ ਆਪ ਹੀ ਸਟਾਲ ਲਾ ਕੇ ਵੇਚਦੇ ਵੀਰੇ? ਜਿਵੇਂ ਆਪਾਂ ਕਹਿੰਦੇ ਵੀ ਕਿਸਾਨ ਹੱਟ, ਅਸਲੀ ਕਿਸਾਨ ਹੱਟ ਇਹ ਹੈ ਜਿਹੜੀਆਂ ਉਹ ਲੁਧਿਆਣੇ ਵਾਲੇ ਖੋਲਦੇ ਫਿਰਦੇ ਨਾ ਕਿਸਾਨ ਹੱਟ 13-13, ਉਹ ਕਿਸਾਨ ਹੱਟ ਨਹੀਂ ਹੈਗੀ, ਅਸਲੀ ਕਿਸਾਨ ਹੱਟ ਇਹ ਹੈਗੀ। ਅਤੇ ਉਦੋਂ ਫਿਰ ਕਈ ਵਾਰ ਮਤਲਬ ਲੋਕ ਵੀ ਕਹਿੰਦੇ ਹੋਣਗੇ, ਹੈ ਨਾ, ਵੀ ਯਾਰ ਕੀ ਕਰੀਏ ਅਤੇ ਵੇਚੀਏ, ਤਾਂ ਕੋਈ ਇਸ ਤਰ੍ਹਾਂ ਦੀ ਚੀਜ਼ ਆਈ ਆ ਹਮਲੇ ਕਹਿੰਦੇ ਨੇ ਵੀਰੇ ਵੀ ਇਹ ਕੰਮ ਕੀ ਤੋੜ ਲਿਆ, ਪਰ ਇਹ ਕੰਮ ਵਧੀਆ ਹੈਗਾ, ਵਧੀਆ ਕੰਮ ਹੈ, ਹੈ ਨਾ, ਵਧੀਆ। ਜਿਵੇਂ ਦੁੱਧ ਮੰਗੂ ਘਰੇ ਹਫ਼ਤਾ ਵਾਰੀ ਪੈਸੇ ਆਉਂਦੇ, ਇਹ ਰੋਜ਼ ਦੀ ਆਮਦਨ ਆ, 400-500 ਰੁਪਇਆ ਡੇਲੀ ਦਾ ਬਣੀ ਜਾਂਦਾ, ਬਣੀ ਜਾਂਦਾ, ਹੈ ਨਾ। ਉਹ ਵੀ ਬੰਦੇ ਨੇ ਕੀ ਕਰਨਾ, ਕੱਖ ਵੱਢ ਕੇ ਪਿੰਡ ਜਾ ਕੇ ਬੈਠਦਾ ਹੀ ਹੈ। ਅਤੇ ਆ ਜਾਓ ਮਿੱਤਰੋ, ਆਪਾਂ ਤੁਹਾਨੂੰ ਬੇਲਾਂ ਵੀ ਦਿਖਾ ਦਈਏ, ਬੜੀਆਂ ਬੂਟੀਆਂ ਬਾਈ ਹੋਰੇ ਦੇ ਲਾਈਏ ਵੀ ਹੈ, ਅਤੇ ਉਹ ਦੇਖ ਲੈਂਦੇ ਬਾਈ, ਹੈ ਨਾ। ਹਾਂ, ਗਿੱਲਾ ਅਤੇ ਉੱਧਰ ਦਾ ਚੱਕ, ਕੋਈ ਗੱਲ ਨਹੀਂ, ਮੈਂ ਨੇੜੇ ਕਰਕੇ ਦਿਖਾ ਦਿੰਦਾ। ਅਤੇ ਚਿੱਪੜ ਕੱਦੂ ਲਾਏ ਵੇ ਨੇ ਬਾਈ ਦੇ ਗੇਤੇ, ਇਹ ਕਾਗਜ਼ ਬਈ ਚੱਕ ਤੋਂ ਦਿੱਤਾ ਹਵਾ ਲਵਾਉਣ ਵਾਸਤੇ? ਹਵਾ ਨੇ ਚੱਕਤਾ ਵੀਰੇ, ਮੀਂਹ ਨੇ ਹੁਣ, ਅੱਛਾ, ਹਵਾ ਮੀਂਹ ਨੇ ਚੱਕਤਾ। ਠੀਕ ਹੈ। ਇਹ ਕਿਸ ਜਗ੍ਹਾ ਕਹਿੰਦੀ ਆ ਬਈ ਆਪਣੀ ਜਗ੍ਹਾ? 4 ਵਿਘੇ ਵੀਰੇ। 4 ਵਿਘੇ ਜਗ੍ਹਾ ਗੀ, ਉੱਧਰ ਪਿਆ 4 ਵਿਘੇ, ਉੱਧਰ ਲਾਈ ਪਈ ਆ। ਅੱਛਾ, ਉੱਧਰ ਵੀ ਲਾਈ ਹੋਈ ਹੈ ਉੱਧਰ। ਅਤੇ ਆਹ ਜਿਵੇਂ ਪਾਲਕ ਪੂਲਕ ਲਾਇਆ ਪਿਆ ਗਾ, ਇਹ ਵੀ ਸਾਰਾ ਮਤਲਬ ਆਪ ਹੀ ਉਹ ਕਰਦੇ ਹੋ? ਅਤੇ ਜਿਵੇਂ ਆਪਾਂ ਕਹਿੰਦੇ ਹਾਂ ਬਈ ਵੀ ਜਿਵੇਂ ਕਣਕ 4 ਵਿਘਿਆਂ ਦੇ ਵਿੱਚੋਂ ਕਣਕ ਵੱਧ ਫਾਇਦੇ 'ਚ ਰਹਿੰਦੀ ਹੈ, ਕਿਸੇ ਨੂੰ ਆਹ ਚੀਜ਼ ਵੱਧ ਫਾਇਦੇ 'ਚ ਰਹਿੰਦੀ ਹੈ? ਵਧੀਆ ਰਹਿੰਦੀ ਆ ਵੀਰੇ, ਇਹ ਵਧੀਆ ਰਹਿੰਦੀ ਹੈ। ਠੀਕ ਹੈ। ਕਿਉਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੀ ਜੁਆਇੰਟ ਫੈਮਿਲੀ ਹੈ, ਹੈ ਨਾ, ਅਤੇ ਘਰੇ ਵੀ ਦਿੱਕਤ ਆਈ ਹੋਊਗੀ, ਕਹਿੰਦੇ ਹੋਣਗੇ ਵੀ ਯਾਰ ਕਾਹਤੋਂ ਲਾਉਣੇ ਹੋ? ਨਹੀਂ, ਘਰੇ ਕੋਈ ਰੋਕ ਨਹੀਂ। ਅੱਛਾ, ਘਰੇ ਕੋਈ ਰੋਕ ਨਹੀਂ ਹੈਗੀ? ਠੀਕ ਹੈ। ਚਲੋ ਇਹ ਵੀ ਵਧੀਆ। ਇਹਦੇ ਵਿੱਚ ਵੀ ਕੁਛ ਲਾਇਆ ਪਿਆ ਜਿਹੜੇ ਢਕੇ ਜਿਹੇ ਪੈਣੇ? ਟਮਾਟਰ ਆ ਵੀਰੇ। ਅੱਛਾ, ਇਹ ਥੱਲੇ ਟਮਾਟਰ ਹੈ, ਟਮਾਟਰ ਨੂੰ ਕੋਰੇ ਤੋਂ ਬਚਾਇਆ ਪਿਆ। ਦੇਖ ਲਓ ਮਿੱਤਰੋ, ਇਹ ਆ ਅਸਲੀ ਕਿਸਾਨ ਹੱਟ। ਤੁਹਾਨੂੰ ਦਿਖਾ ਵੀ ਦਿੰਦੇ ਵੀ ਬਾਈ ਹੋਰੀ ਕਿੱਥੇ ਰੱਖ ਕੇ ਵੇਚਦੇ, ਆ ਜਾ ਬਾਈ ਉਹ ਵੀ ਦਿਖਾ ਦਈਏ ਆਪਣਾ ਹੈਗਾ ਹੁਣ ਅੱਡਾ ਕਿਵੇਂ ਕਿਉਂ ਬੈਸਟ ਨਾ। ਅੱਛਾ, ਬੈਸਟ ਨਾ, ਮੈਨੂੰ ਤੁਹਾਨੂੰ ਦੱਸਾਂ ਵੀ ਜ਼ੁਕਾਮ ਹੋਇਆ ਪਿਆ ਬਹੁਤ ਜ਼ਿਆਦਾ, ਪਰ ਫਿਰ ਵੀ ਮੈਨੂੰ ਲੱਗਿਆ ਵੀ ਯਾਰ ਆਪਾਂ ਬਾਈ ਦਾ ਸਿਸਟਮ ਦਿਖਾਈਏ। ਅਤੇ ਰਾਹ ਵਗਦਾ ਇੱਥੋਂ ਪੂਰਾ ਵਧੀਆ ਰੋਡ ਵਗਦਾ ਬਾਈ, ਹੈ ਨਾ, ਪੂਰਾ ਚੱਲਦਾ ਵੀਰੇ। ਹਾਂ, ਇੱਥੋਂ ਨੂੰ ਘੱਟੋ ਘੱਟ ਮੇਰੇ ਖਿਆਲ 'ਚ 500-700 ਗੱਡੀ ਲੰਘ ਜਾਂਦੀ ਹੋਊਗੀ। ਅਤੇ ਆਹ ਬਾਈ ਦਾ ਰੋਡ ਜਾਂਦਾ, ਅਤੇ ਉਹ ਫਿਰ ਇੱਥੇ ਬਾਈ ਮੰਜਾ ਮੁੰਜਾ ਰੱਖ ਲੈਂਦੇ ਜਾਂ ਕਿਵੇਂ? ਮੰਜਾ ਲੱਗ, ਇੱਥੇ ਲਾਉਣੇ ਹੋ? ਠੀਕ ਹੈ। ਲਈ ਮਿੱਤਰੋ ਦੇਖ ਲਓ, ਗੁਰਮੇਲ ਬਾਈ ਦਾ ਦੋ ਹੈਗਾ। ਜਦੋਂ ਆਪਾਂ ਭਠਲਾ ਵਾਲੇ ਪਾਸਿਓਂ ਆਈਏ ਤਾਂ ਭਠਲਾ ਦੇ ਵਿੱਚ ਇੱਕ ਖਾਖੀ ਸਾਹ ਦਾ ਡੇਰਾ, ਹੈ ਨਾ, ਹਾਂ, ਖਾਖੀ ਸਾਹ ਦਾ ਡੇਰਾ ਹੈਗਾ। ਅਤੇ ਉਹ ਡੇਰਾ ਟੱਪਣ ਸਾਰ ਇੱਧਰਲੇ ਪਾਸੇ ਬਾਈ ਹੋਰਾਂ ਦਾ ਖੇਤ ਆ ਜਾਂਦਾ, ਤੁਹਾਨੂੰ ਇਹ ਦੇਖ ਜਾਣਾ, ਅਤੇ ਜ਼ਰੂਰ ਰੋਕਿਓ ਬਾਈ ਹੋਰਿਆਂ ਕੋਲ। ਅਤੇ ਹੋਰ ਬਾਈ ਕੋਈ ਤੇਰੇ ਦਿਲ 'ਚ ਗੱਲ ਹੋਵੇ, ਕੋਈ ਕਰਦੀ ਹੋਵੇ? ਠੀਕ ਆ, ਮੈਂ ਤਾਂ ਕਹਿੰਦਾ ਵੀ ਇਹ ਕੰਮ 'ਚ ਪਾਓ, ਵਧੀਆ ਕੰਮ ਆ। ਹਾਂ ਵੀ 2 ਰੁਪਏ ਆਉਂਦੇ ਨੇ, ਹੈ ਨਾ, 2 ਰੁਪਏ ਆਉਂਦੇ। ਬਿਲਕੁਲ ਬਾਈ, ਬਾਈ ਦੀ ਜਮ੍ਹਾਂ ਸਹੀ ਗੱਲ ਹੈ, ਜੇ ਆਪਾਂ ਨੂੰ ਰੋਜ਼ ਦੀ ਆਮਦਨ ਹੋਊਗੀ ਫਿਰ ਹੀ ਫਾਇਦਾ ਹੋਊ। ਬਿਲਕੁਲ ਬਾਈ, ਠੀਕ ਆ ਬਾਈ ਗੁਰਮੇਲ, ਸਤਿ ਸ਼੍ਰੀ ਅਕਾਲ।